ਵਾਸੀਆਂ ਨੂੰ ਮੈਂ ਬਹੁਤ ਸਾਰੀ ਵਧਾਈ ਦਿੰਦੀ ਹਾਂ। ਆਲਰੇਡੀ ਅਸੀਂ 4.25 ਕਰੋੜ ਦੇ 12 ਟਿਊਬਵੈਲ ਲਗਾ ਚੁੱਕੇ ਹਾਂ। ਅੱਜ 8 ਵਾਰਡਾਂ ਲਈ 8 ਟਿਊਬਵੈਲਾਂ ਦਾ ਜਿਹੜਾ ਅਸੀਂ ਨੀਂਹ ਪੱਥਰ ਰੱਖਿਆ, ਜਿਹਦੀ ਲਗਭਗ 3 ਕਰੋੜ ਦੀ ਲਾਗਤ ਆਉਣੀ ਹੈ, ਤੇ 4.25 ਕਰੋੜ ਦੇ 4 ਹੋਰ ਟਿਊਬਵੈਲਾਂ ਦਾ ਤਖਮੀਨਾ ਤਿਆਰ ਹੈ। ਇਸ ਤੋਂ ਬਿਨਾਂ ਮੈਂ ਖਰੜ ਸ਼ਹਿਰ ਵਾਸਤੇ ਇੱਕ ਪਹਿਲਾਂ ਵੀ ਅਨਾਊਂਸ ਕਰ ਚੁੱਕੀ ਹਾਂ, ਉਹਨਾਂ ਨੂੰ ਵਧਾਈ ਦਊਂਗੀ। 30 ਸਾਲਾਂ ਦੀ ਖਰੜ ਸ਼ਹਿਰ ਦੀ ਮੰਗ ਸੀ, ਇਲੈਕਸ਼ਨ ਸਮੇਂ ਬਹੁਤ ਵੱਡਾ ਮੁੱਦਾ ਸੀ ਕਿ ਖਰੜ ਸ਼ਹਿਰ ਨੂੰ ਕਜੌਲੀ ਵਾਟਰ ਜਿਹੜਾ ਉਹ ਲੈ ਕੇ ਆਉਂਦਾ ਜਾਵੇ। 117 ਕਰੋੜ ਦਾ ਮੈਂ ਪਹਿਲੇ ਸਾਲ ਵਿੱਚ ਹੀ ਕਜੌਲੀ ਵਾਟਰ ਪਾਸ ਕਰਵਾ ਲਿਆ ਸੀ, ਜਿਹਦੇ ਟੈਂਡਰ ਕੱਲ 4 ਤਰੀਕ ਨੂੰ ਲੱਗਣੇ ਹੈ, ਤੇ 1 ਸਾਲ ਦੇ ਵਿੱਚ ਕਜੌਲੀ ਵਾਟਰ ਵਰਕਸ ਦਾ ਪਾਣੀ ਹੈ ਜਿਹੜਾ ਖਰੜ ਸ਼ਹਿਰ ਦੇ ਵਿੱਚ ਉਹ ਪੂਰਾ ਹੋ ਜਾਣਾ ਹੈ। ਤੇ ਕੋਈ ਵੀ ਪੀੜ੍ਹੀ ਖਰੜ ਸ਼ਹਿਰ ਵਾਸੀਆਂ ਦੀ ਆਉਣ ਵਾਲੀ ਪੀਣ ਵਾਲੇ ਪਾਣੀ ਨੂੰ ਨਹੀਂ ਤਰਸੂਗੀ। ਤੇ ਜਿੰਨੀ ਦੇਰ 1 ਸਾਲ ਵਿੱਚ ਕਜੌਲੀ ਵਾਟਰ ਦਾ ਕੰਮ ਪੂਰਾ ਹੋਣਾ ਹੈ, ਉਨੀ ਦੇਰ ਵਿੱਚ ਅਸੀਂ ਪੂਰੀ ਸਪੀਡ ਦੇ ਨਾਲ ਜਿਹੜਾ ਟਿਊਬਵੈਲ ਰਾਹੀਂ ਸ਼ਹਿਰ ਦੀ ਪਾਣੀ ਦੀ ਜਿਹੜੀ ਪੂਰਤੀ ਹੈ ਉਹ ਕਰ ਰਹੇ ਹਾਂ। 4.25 ਕਰੋੜ ਦੇ ਮੈਂ ਪਹਿਲਾਂ ਵੀ ਦੱਸਿਆ ਕਿ 12 ਟਿਊਬਵੈਲ ਲੱਗ ਚੁੱਕੇ ਨੇ, 8 ਟਿਊਬਵੈਲ ਦਾ 3 ਕਰੋੜ ਦਾ ਜੋ ਉਦਘਾਟਨ ਹੈ 1.25 ਕਰੋੜ ਦੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਮੇਰੀ ਬੰਦੋਬਸਤ ਦਾ ਹੋ ਜਾ। ਜਿਹੜਾ ਪਾਣੀ ਦਾ ਬੰਦੋਬਸਤ ਹੈ, ਜਿਹੜਾ ਬਾਹਰ ਓਵਰਫਲੋ ਹੁੰਦਾ ਉਹਦਾ ਪੱਕਾ ਵੱਡੀਆਂ ਪਾਈਪਾਂ ਪਾ ਰਹੇ ਹਾਂ, ਬੰਦੋਬਸਤ ਹੋ ਜਾਣਾ। ਪੀਣ ਵਾਲੇ ਪਾਣੀ ਲਈ ਪੱਕਾ ਬੰਦੋਬਸਤ ਹੋ ਰਿਹਾ। ਸੋ ਅਸੀਂ ਡਟੇ ਹੋਏ ਹਾਂ, ਹੌਲੀ ਹੌਲੀ ਕਰਕੇ ਤੁਹਾਨੂੰ ਆਏ ਦਿਨ ਅਸੀਂ ਨਵੀਆਂ ਥਾਵਾਂ ਤੇ ਕਿਹੜੇ ਕਿਹੜੇ ਸ਼ਹਿਰ ਵਾਸਤੇ ਅਸੀਂ ਕੰਮ ਕੀਤੇ ਨੇ, ਪਿੰਡਾਂ ਵਿੱਚ ਕੀ ਕੰਮ ਕੀਤੇ ਨੇ, ਆਏ ਦਿਨ ਤੁਹਾਨੂੰ ਉਹਨਾਂ ਕੰਮਾਂ ਦਾ ਅਸੀਂ ਵੇਰਵਾ ਦੇਵਾਂਗੇ। ਕਾਰਨ ਸਿਰਫ ਇੱਕ ਹੈ ਵੀ ਪਿਛਲੀਆਂ ਸਰਕਾਰਾਂ ਦੀ ਜਿਹੜੀ ਨੀਅਤ ਰਹੀ ਹੈ ਉਹ ਕੰਮ ਕਰਨ ਵਾਲੀ ਨਹੀਂ ਰਹੀ। ਕੰਮ ਕਰਨ ਵਾਲੀ ਨੀਅਤ ਹੁੰਦੀ ਤਾਂ ਸ਼ਾਇਦ ਜਿਹੜੀ ਇਲੀਗਲ ਕੰਸਟਰਕਸ਼ਨਸ ਲਗਾਤਾਰ ਹੁੰਦੀ ਰਹੀ ਹੈ ਖਰੜ ਦੇ ਵਿੱਚ ਉਹ ਨਾ ਹੁੰਦੀ, ਚੋਆਂ ਤੇ ਨਾਲਿਆਂ ਦੇ ਉੱਤੇ ਸ਼ਾਇਦ ਕਲੋਨੀਆਂ ਨਾ ਬਣਦੀਆਂ। ਅੱਜ ਜਿੱਧਰ ਨੂੰ ਪਾਣੀ ਨੇ ਜਾਣਾ ਸੀ ਉਹਨਾਂ ਉੱਤੇ ਮਕਾਨ ਬਣੇ ਹੋਏ ਨੇ, ਉਹਨਾਂ ਤੇ ਕਲੋਨੀਆਂ ਬਣੀਆਂ ਹੋਈਆਂ ਨੇ। ਤੇ ਕਦੇ ਟਿਊਬਵੈਲ ਲਾਉਣ ਲਈ ਕਜੌਲੀ ਵਾਟਰ ਦੇਖੋ ਪਹਿਲਾਂ ਵੀ ਆ ਸਕਦਾ ਸੀ, ਪਰ ਆਇਆ ਆਪਣੀ ਸਰਕਾਰ ਦੇ ਦੌਰਾਨ ਹੈ, ਆਇਆ ਪਿਛਲੇ ਸਾਲ ਦੇ ਵਿੱਚ ਹੈ, ਜਿਹੜੀ ਕਿ ਬੜੇ ਲੰਬੇ ਸਮੇਂ ਦੀ ਮੰਗ ਸੀ, ਜਿਹਦੇ ਨਾਲ ਪਾਣੀ ਦੀ ਕਦੇ 100 ਪੀੜ੍ਹੀਆਂ ਵੀ ਪਾਣੀ ਨੂੰ ਨਹੀਂ ਤਰਸਣਗੀਆਂ। ਸੋ ਦੂਸਰੀ ਗੱਲ ਜਿਹੜੀ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗ ਜਾਣਾ, ਹੁਣ ਉਹਦੇ ਨਾਲ ਵੱਡੀਆਂ ਪਾਈਪਾਂ ਪੈ ਜਾਣੀਆਂ, ਪਰਮਾਨੈਂਟ ਇਹਦਾ ਜਿਹੜਾ ਸੋਲਿਊਸ਼ਨ ਹੈ ਇਹ ਓਵਰਫਲੋ ਪਾਣੀ ਦਾ ਉਹ ਹੋ ਜਾਣਾ। ਖਰੜ ਸ਼ਹਿਰ ਵਾਸੀਆਂ ਨਾਲ ਵਾਅਦਾ ਕਰਦੀ ਹਾਂ 1 ਸਾਲ ਦੇ ਅੰਦਰ ਅੰਦਰ 1 ਵੀ ਕੱਚੀ ਸੜਕ ਤੁਹਾਨੂੰ ਖਰੜ ਸ਼ਹਿਰ ਦੇ ਅੰਦਰ ਦੇਖਣ ਨੂੰ ਨਹੀਂ ਮਿਲੇਗੀ। ਪੂਰੇ ਦਾ ਪੂਰਾ ਖਰੜ ਸ਼ਹਿਰ ਲਾਈਟਾਂ ਪੂਰੀਆਂ ਹੋਣਗੀਆਂ, ਪਾਣੀ ਪੂਰਾ ਹੋਊਗਾ, ਸੀਵਰੇਜ ਦਾ ਪੱਕਾ ਬੰਦੋਬਸਤ ਹੋਊਗਾ। ਮੈਂ 1 ਸਾਲ ਤੁਹਾਨੂੰ ਕਹਿ ਰਹੀ ਹਾਂ ਕਿਉਂਕਿ ਇਹਨੂੰ ਸਮਾਂ ਲੱਗ ਰਿਹਾ ਹੈ ਹਰ ਚੀਜ਼ ਨੂੰ। ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਅਸੀਂ ਕਰਵਾ ਲਈਆਂ ਸੀ, ਚਾਹੇ ਕਜੌਲੀ ਵਾਟਰ ਐਸਟੀਪੀ, ਪਰ ਉਹਨੂੰ ਪ੍ਰੋਸੈਸ ਕਰਦੇ ਕਰਦੇ ਨੀਚੇ ਸਿਸਟਮ ਦੇ ਵਿੱਚ, ਬਟ ਹੁਣ ਪੂਰਾ ਜਿਹੜਾ ਮੇਰਾ ਫੋਕਸ ਹੈ ਉਹ ਹਲਕੇ ਦੇ ਉੱਤੇ ਹੈ, ਪਿੰਡਾਂ ਦੇ ਉੱਤੇ ਹੈ, ਸ਼ਹਿਰਾਂ ਦੇ ਉੱਤੇ ਹੈ। ਮੈਨੂੰ 2-3 ਮਹੀਨੇ ਦਿਓ, ਇਹੋ ਜਿਹਾ ਕੋਈ ਮਸਲਾ ਨਹੀਂ ਜਿਹੜਾ ਮੈਂ ਆਪਣੇ ਹਲਕੇ ਦੇ ਵਿੱਚ ਰਹਿਣ ਦੇਣਾ ਜੀ। ਯੋਗਦਾਨ ਹੈਗਾ, ਦੇਖੋ ਕੌਂਸਲ ਦੇ ਪੈਸੇ ਲੱਗ ਗਏ। ਦੇਖੋ ਜਿਹੜੀ ਕੌਂਸਲ ਆ ਇਹ ਵੀ ਸੂਬੇ ਦੀ ਹੈ, ਸਾਰੇ ਦਾ ਸਾਰਾ ਐਮਸੀ ਦਾ ਜਿਹੜਾ ਇਹ ਪੈਸਾ ਹੈ, ਜਿਹੜਾ ਕਜੌਲੀ ਵਾਟਰ ਹੈ ਉਹਦੇ ਵਿੱਚ ਸੂਬਾ ਸਰਕਾਰ ਦਾ, ਜਿਹੜਾ ਐਸਟੀਪੀ ਲੱਗ ਰਿਹਾ ਹੈ 30 ਕਰੋੜ ਰੁਪਏ ਦਾ, ਉਹ ਸੀਵਰੇਜ ਬੋਰਡ ਦਾ ਪੈਸਾ ਲੱਗ ਰਿਹਾ, ਜਿਹਨੂੰ ਕਿ ਸੀਵਰੇਜ ਬੋਰਡ ਉਹਨੂੰ ਕਰ ਰਿਹਾ, ਤੇ ਐਮਸੀ ਦਾ ਪੈਸਾ ਲੱਗ ਰਿਹਾ। ਤੇ ਇਹ ਸਾਰੇ ਦਾ ਸਾਰਾ ਦੇਖੋ ਗੱਲ ਇਹ ਆ ਵੀ ਐਮਸੀ ਦਾ ਪੈਸਾ ਜਿਹੜਾ ਉਹ ਯੂਜ਼ ਕਿੱਧਰ ਨੂੰ ਹੋ ਰਿਹਾ। ਐਮਸੀ ਕੋਲ ਤਾਂ ਪਹਿਲਾਂ ਵੀ ਸਾਡੇ ਕੋਲ ਇੱਥੇ 200 ਕਰੋੜ ਤੋਂ ਉੱਪਰ ਦਾ ਬਜਟ ਹੈ, ਐਮਸੀ ਨੂੰ ਡਾਇਰੈਕਸ਼ਨ ਕਿਹੜੀ ਦੇਣੀ ਹੈ?
ਚਾਹੇ ਉਹ ਐਮਸੀ ਦਾ ਪੈਸਾ ਚਾਹੇ ਉੱਪਰੋਂ ਸੂਬਾ ਸਰਕਾਰ ਦਾ ਪੈਸਾ, ਉਹਨੂੰ ਲਾਉਣਾ ਕਿਵੇਂ ਆ, ਕਿੰਨੀ ਇਮਾਨਦਾਰੀ ਨਾਲ ਲਾਉਣਾ, ਕਿਸ ਤਰੀਕੇ ਦੀ ਥੱਲੇ ਮਟੀਰੀਅਲ ਲਾਉਣਾ। ਸੋ ਜਿਹੜੀ ਸਾਡੀ ਡਾਇਰੈਕਸ਼ਨ ਹੈ ਹੁਣ ਸਹੀ ਡਾਇਰੈਕਸ਼ਨ ਹੈ, ਸਹੀ ਤਰੀਕੇ ਨਾਲ ਕਾਰਪੋਰੇਸ਼ਨ ਦਾ ਪੈਸਾ, ਮਿਊਂਸੀਪਲ ਖਰੜ ਦਾ ਪੈਸਾ ਲੱਗੂਗਾ, ਤੇ ਮੈਨੂੰ ਪੂਰੀ ਉਮੀਦ ਆ ਸਾਰੇ ਆਫੀਸਰਸ, ਪੂਰੀ ਦੀ ਪੂਰੀ ਜਿਹੜੀ ਸਾਡੀ ਕਮੇਟੀ, ਉਹ ਮਿਲ ਜੁਲ ਕੇ ਅੱਛਾ ਕੰਮ ਕਰੂ। ਪੰਚਾਇਤੀ ਚੋਣਾਂ ਜਿਹੜੀਆਂ ਆ ਰਹੀਆਂ ਨੇ, ਕਿੰਨੀ ਤਿਆਰੀ ਕਰ ਰੱਖੀ ਹੈ? ਬਹੁਤ ਅੱਛੀ ਤਿਆਰੀ ਹੈ ਜੀ। ਪੰਚਾਇਤੀ ਚੋਣਾਂ ਦੇ ਵਿੱਚ ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਵੀ ਮੈਨੂੰ ਇਹ ਲੱਗਦਾ ਕਿ ਸਭ ਤੋਂ ਵੱਧ ਜਿਹੜੀਆਂ ਸਰਵ ਸੰਮਤੀਆਂ ਨੇ ਉਹ ਹਲਕਾ ਖਰੜ ਦੀਆਂ ਹੋਣ ਦੀ ਸੰਭਾਵਨਾ ਹੈ। ਬੜੇ ਸਿਆਣੇ ਲੋਕ ਨੇ, ਬਹੁਤ ਸੋਹਣੇ ਤਰੀਕੇ ਨਾਲ, ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਹੈਗਾ ਖਰੜ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ। ਮੈਂ ਪਿੰਡਾਂ ਨੂੰ ਅਰਦਾਸ ਕਰੂੰਗੀ ਕਿ ਤੁਹਾਡੀ ਜਿਹੜੀ MLA ਆ ਖਰੜ ਦੀ, ਇੱਕ ਪੈਸਾ ਪਿੰਡਾਂ ਦੇ ਵਿੱਚੋਂ ਖਾਣਾ ਨਹੀਂ ਹੈ। ਪਹਿਲਾਂ ਵੀ ਪਤਾ ਹੈ, ਅੱਗੇ ਵੀ ਸੁਨੇਹਾ ਦਿੰਦੀ ਹੈ, ਨਾ ਸਰਪੰਚਾਂ ਤੋਂ ਨਾ BDO ਤੋਂ, ਇਹੀ ਮੇਰਾ ਜਿਹੜਾ ਕੰਮ ਕਰਨ ਦਾ ਸਟਾਈਲ ਹੈ। ਸੋ ਸਰਪੰਚ ਸ਼ਾਨਦਾਰ ਚੁਣਿਓ, ਸਰਵ ਸੰਮਤੀਆਂ ਕਰੋ, ਵਧੀਆ ਕੰਮ ਕਰਨ ਵਾਲੇ ਬੰਦਿਆਂ ਨੂੰ ਚੁਣੋ, ਪੈਸਿਆਂ ਦੀ ਕੋਈ ਕਮੀ ਨਹੀਂ ਆਊਗੀ, ਕੰਮ ਕਰਨ ਵਾਲੇ ਬੰਦੇ ਦਿਓ ਤੇ ਪਿੰਡਾਂ ਦਾ ਵਿਕਾਸ ਕਰਾਂਗੇ ਜੀ।